ਪਾਣੀ ਲਾਤਾ ਨਾ ਮੇਰੇ ਸਾਹਮਣੇ ਉਹ ਖੜੀ ਹੈ ਜੀ ਆ ਵੀ ਗਿਰਗੀ ਆ ਵੀ ਗਿਰਗੀ ਉਹ ਪਰਲੀ ਖੜੀ ਆ ਫੇਰ ਇਹਨੂੰ ਪਾਣੀ ਲਾਤਾ ਮੇਰੇ ਸਾਹਮਣੇ ਪਾਣੀ ਲਾਉਂਦਾ ਵੀ ਆ ਸੁੱਕਾ ਰੇਤੇ ਆ ਜ਼ਮੀਨ ਇਹ ਲਾਉਣਾ ਪੈਂਦਾ ਫੇਰ ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ 'ਚ ਅਤੇ ਮੌਸਮ ਬਾਈ ਖਰਾਬ ਆ ਦੋ ਤਿੰਨ ਦਿਨ ਹੋ ਗਏ ਸਾਨੂੰ ਪਤਾ ਹੀ ਆ ਅਤੇ ਖੇਤਾਂ ਵੱਲ ਆਏ ਜੀ ਗੇੜਾ ਮਾਰਨ ਅਤੇ ਮਿਲੋ ਜੀ ਇੱਧਰ ਡੈਡੀ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਹੈ ਕੱਲ੍ਹ ਦੇ ਤਾਂ ਅੱਗੇ ਮੀਂਹ ਨੇ ਬਾਹਰ ਨਿਕਲਣ ਦਿੱਤੇ ਸਾਰੀ ਦਿਹਾੜੀ ਅੰਦਰ ਹੀ ਬੈਠੇ ਹਾਂ ਜੀ ਹਾਂਜੀ ਹਾਂਜੀ ਹੁਣ ਮਾੜਾ ਜਿਹਾ ਟਮਕਿਆ ਮੈਂ ਚੱਲ ਖੇਤਾਂ ਕਹਿੰਦੀ ਗੇੜਾ ਮਾਰ ਕੇ ਉਹਨੇ ਹੁਣ ਖੁੱਲਿਆ ਮਾੜਾ ਜਿਹਾ ਮੌਸਮ ਵੀ ਨਾਲੇ ਕਣਕ ਦੇਖ ਕੇ ਉਹਨੇ ਕਿੰਨੀ ਗਿਰੀ ਆ ਕਿਹਾ ਕਣਕ ਤਾਂ ਚੱਕੀ ਆ ਦੇਖ ਲਾ ਕਣਕ ਦਿਖਾਉਂਦੇ ਬਾਈ ਤੁਹਾਨੂੰ ਚੋ ਜੀ ਬਾਈ ਪਿੰਡ ਵਾਲੀ ਮੋਟਰ ਪਰ ਖੜੇ ਆਪਾਂ ਹਾਂਜੀ ਤੱਕੀਆਂ ਗਿਰ ਗਈਆਂ ਅੱਗੇ ਦੀਆਂ ਕਣਕ ਦੀਆਂ ਹਾਂਜੀ ਹਾਂਜੀ ਤੱਕੀਆਂ ਦੇਖ ਲਓ ਵਿੱਚ ਵਿੱਚ ਗਿਰ ਗਈਆਂ ਬਾਈ ਇਹ ਪਾਣੀ ਲਿਆ ਬੰਦਾ ਫਿਰ ਜਮੀ ਵੇਚਣ ਤਾਂ ਹਾਂ ਬਾਈ ਆਪਾਂ ਮੈਂ ਤੈਨੂੰ ਕਹਿੰਦਾ ਮੈਂ ਮੌਸਮ ਦੱਸਦੇ ਆ ਦੋ ਤਿੰਨ ਦਿਨ ਖਰਾਬ ਵੀ ਪਾਣੀ ਲਾਉਣਾ ਇੰਨਾ ਕਿ ਸੁੱਕਾ ਤਾਂ ਇਹਨੂੰ ਪੀਲਕ ਪਤਾ ਕਣਕ ਆਊ ਆ ਗਈ ਤੇ ਪਹਿਲਾਂ ਪਿਲਕ ਪਰ ਆ ਗਈਆਂ ਹਾਂ ਬਾਕੀ ਜਿਹਨੇ ਪਾਣੀ ਲਾਤਾ ਉਹਦਾ ਬਿਛਾਉਣੀ ਬਿਛਾਤੇ ਉਹ ਤਾਂ ਬਿਛਾਤੇ ਹਾਂ ਆਪਣਾ ਬਚਾਓ ਰਿਹਾ ਬਚਾਓ ਆਏ ਨਾ ਹਵਾ ਤਾਂ ਫਿਰ ਗਈ ਜਿੱਥੇ ਨੂੰ ਫਿਰ ਗਈ ਤੇ ਪਾਣੀ ਹੁੰਦਾ ਲੱਗਿਆ ਫਿਰ ਨਹੀਂ ਜਮੀ ਆਉਣੀ ਫਿਰ ਤਾਂ ਜਮੀ ਬਿਛਾ ਦੇਣੀ ਜੀ ਬਹੁਤ ਨੁਕਸਾਨ ਆ ਟੈਲੀਵਿਜ਼ਨ ਨਹੀਂ ਦਿਖਾਉਂਦੇ ਤੇ ਬਹੁਤ ਬਾਈ ਬਹੁਤ ਨੁਕਸਾਨ ਆ ਫਿਰ ਦਸ ਦਿਨ ਰਹਿ ਗਏ ਤੇ ਪੰਦਰਾਂ ਆ ਸਰੋਂ ਤਾਂ ਆਈਆਂ ਵੀ ਆ ਸਰੋਂ ਦੇ ਬੜਾ ਮਹੀਨੇ ਦੇ ਵਿੱਚ ਵਿੱਚ ਬੜਾਈ ਪੈ ਜਾਣੀ ਸੀ ਬਹੁਤ ਵਿਛਾਉਣੀ ਵਿਛਾਏ ਪਏ ਆ ਬੁਰਾ ਹਾਲ ਆ ਛੇ ਮਹੀਨੇ ਜ਼ਿਮੀਦਾਰ ਦੀ ਕਮਾਈ ਆ ਇਹਦੇ ਪਰ ਆਸਾਂ ਸਾਰੀਆਂ ਇਹਦੇ ਪਰ ਆ ਕੋਈ ਕਹਿੰਦਾ ਮਕਾਨ ਛੱਤਣਾ ਕੋਈ ਕਹਿੰਦਾ ਵਿਆਹ ਕਰਨਾ ਕੋਈ ਲਿਮਟਾਂ ਲਾਉਣੀਆਂ ਕਿਸੇ ਕੁਝ ਕਰਨਾ ਲਿਮਟਾਂ ਲਾਉਣੀਆਂ ਹੈਨਾ ਜੀ ਉਹੀ ਤਾਂ ਗੱਲ ਆ ਵੀ ਸਾਰਾ ਕਾਰੋਬਾਰ ਤਾਂ ਇਹਦੇ ਸਿਰ ਪਰ ਛੇ ਮਹੀਨੇ ਬਾਅਦ ਜ਼ਿਮੀਦਾਰ ਦੇਖਦਾ ਮੌਕੇ ਪਰ ਆ ਕੇ ਆਹ ਕੁਛ ਹੋ ਗਿਆ ਸਿਰੇ ਪਰ ਆ ਕੇ ਸਿਰੇ ਪਰ ਆ ਕੇ ਬਹੁਤ ਪਾਸੇ ਤਾਂ ਕਹਿੰਦੇ ਗੋਲੇ ਪਏ ਮੋਗੇ ਸਾਈਡ ਟੀਵੀ ਨਿਊਜ਼ ਦੇਖੀ ਜਾਂਦੀਆਂ ਬਾਈ ਅਸੀਂ ਉੱਧਰ ਕਈ ਜਗ੍ਹਾ ਕਹਿੰਦੇ ਹਾਂ ਅਤੇ ਬਾਕੀ ਦੱਸਿਓ ਸਾਰੇ ਆਪਣੇ ਏਰੀਏ 'ਚ ਵੀ ਕਿੱਥੇ ਕਿੱਥੇ ਮੀਂਹ ਆ ਬਾਕੀ ਕਹੇ ਜਾਏ ਵੀ ਗੜੇ ਗੁੜਿਆਂ 'ਤੇ ਜ਼ਿਆਦਾ ਹੋ ਜਾਂਦਾ ਹੈ ਨਾ ਗੜਿਆਂ 'ਤੇ ਆਏ ਨਾ ਗੜੇ ਤਾਂ ਫਿਰ ਚੜ੍ਹਦੀ ਬਰਸੀਨ ਵੀ ਤੋੜਦੇ ਨੇ ਬਰਸੀਨ ਸਰੋਂ ਸਾਰ ਝੜ ਜਾਂਦੀ ਜਮੀ ਜਿਹੜੀ ਪੱਕੀ ਆ ਉਹਦਾ ਕਣੀ ਨਾਲ ਵੀ ਥੱਲੇ ਕਰਦੇ ਦਾਣੇ ਕਿਣੀ ਨਾਲ ਵੀ ਹਾਂ ਥੋੜ੍ਹੀ ਜਿਹੀ ਨਰਮਤ ਹੀ ਹੈ ਹਫ਼ਤਾ ਲੰਦੇ ਜੀ ਚਲੋ ਰੱਬ ਹੁਣ ਵੀ ਕਿਰਪਾ ਰੱਖੇ ਹਾਂ ਹੁਣ ਵੀ ਕਿਰਪਾ ਹੋ ਜਾਵੇ ਜਿਹੜਾ ਕੁਛ ਹੋ ਗਿਆ ਚਲੋ ਇਹਨੂੰ ਤਾਂ ਹੁਣ ਰੋਕ ਵੀ ਨਹੀਂ ਤਾਂ ਸਕਦੇ ਇਹ ਤਾਂ ਇਹਦੀ ਹੱਥ ਆ ਜੀ ਗਾਹਾਂ ਨੂੰ ਬਚਾਓ ਰੱਖੇ ਹੈ ਨਾ ਹੁਣ ਬੰਦਾ ਤਾਂ ਐਂ ਆ ਵੀ ਸੁੱਕ ਜੀ ਕਣਕ ਪਕਾ ਲਈ ਪਾਣੀ ਨਹੀਂ ਲੱਗਿਆ ਇਹਦੇ ਉਹ ਹੁੰਦਾ ਉਹ ਹੁੰਦਾ ਵੀ ਆਪਣੇ ਹੱਥ ਹੀ ਆ ਇਹ ਤਾਂ ਵਾਹਿਗੁਰੂ ਦੇ ਹੱਥ ਹੀ ਆ ਜੋ ਕਰਨਾ ਉਹ ਨਹੀਂ ਕਰਨਾ ਬਾਕੀ ਦੋ ਪਾਣੀ ਲਾਏ ਤੇ ਅਸੀਂ ਹਾਲੇ ਤੀਆ ਪਾਣੀ ਅਸੀਂ ਲਾਉਣਾ ਇੱਦਾਂ ਮੈਂ ਤਾਂ ਪਹਿਲੀ ਕਿਹਾ ਮੈਂ ਲਾਓ ਹੀ ਨਾ ਲਾਓ ਹੀ ਨਾ ਵੀ ਮੀਂਹ ਦੱਸਿਆ ਹੋਇਆ ਵੀ ਹੈ ਨਾ ਬੱਲ ਤਾਂ ਪੂਰੀ ਆ ਗਈ ਦਾਣੇ ਨੇ ਆਪੇ ਪੱਕੇ ਜਾਣਾ ਠੀਕ ਹੈ ਦਾਣਾ ਆਪੇ ਪੱਕੇ ਜਾਂਦਾ ਇਹਦਾ ਭੁਲੇਖਾ ਆਪਾਂ ਨੂੰ ਇਹ ਸੋਕੇ ਮੈਂ ਗਿੱਲ ਲੈ ਗਈ ਤੇ ਇੰਨੇ ਸੋਕੇ ਵਿੱਚ ਵਿੰਤੀ ਕਰਦਾ ਤੇ ਰਾਤ ਉਧਰੇ ਵਿਛਾਉਣਾ ਵਿਛਾਤਾ ਉਧਰੇ ਮੀਂਹ ਪੈ ਗਿਆ ਉਹਨੂੰ ਕਿਹਾ ਵੀ ਮੀਂਹ ਦੱਸਿਆ ਹਵਾ ਨਾਲੇ ਵਿਛਾਤੀ ਉਹ ਤਾਂ ਹਵਾ ਨਾਲੇ ਉਹ ਜਦੇ ਕਰ ਗਈ ਕਣਕ ਮੱਲੀ ਵੀ ਤੀ ਵਿਛਾਉਣੀ ਵਿਛਾਤਾ ਉਹ ਵਜਨ ਪਿਆ ਹੋਇਆ ਉਹਦਾ ਕਣਕ ਆਪਣਾ ਬੱਲ ਪਰ ਗਿਰਨਾ ਹੀ ਹੈ ਤੇ ਬਾਕੀ ਆਹ ਠੀਕ ਆ ਬਣੀ ਬਾਈ ਕਣਕ ਮਾੜੀ ਮੋਟੀਆਂ ਵਿੱਚ ਤੱਗੀਆਂ ਗਿਰੀਆਂ ਤੱਗੀਆਂ ਗਿਰ ਗਈਆਂ ਚਲੋ ਜਿੰਨਾ ਕੁ ਹੋਣਾ ਤਾਂ ਉਹ ਤਾਂ ਹੋਣਾ ਹੀ ਆ ਇਹ ਸੋਕੇ ਵਾਲਾ ਹਾਲ ਆ ਬਾਈ ਦੇਖ ਲਓ ਇਹਨੂੰ ਪਾਣੀ ਲੱਗਿਆ ਕਣਕ ਨੂੰ ਇੱਧਰ ਦਲਵੀਰ ਨੇ ਵੀ ਲਾਇਆ ਇਹਦੇ ਵੀ ਤੱਗੀਆਂ ਗਿਰੀਆਂ ਅਤੇ ਬਾਕੀ ਜਿਹਨੇ ਪਾਣੀ ਲਾਇਆ ਉਹਨਾਂ ਨੇ ਤਾਂ ਬਾਈ ਜਮਾਂ ਹੀ ਵਿਛਾਉਣੇ ਹੀ ਵਿਛਾਤੇ ਸਾਈਡ ਸਾਈਡ ਜਵੀ ਜੰਮੀ ਹੋਈ ਆ ਨਾ ਜੀ ਆ ਜਵੀ ਬਾਕੀ ਆ ਮੱਕੀ ਦੇਖ ਲਓ ਜੀ ਆਪਣੀ ਆਪਾਂ ਨੇ ਬਾਈ ਇਹਦੇ ਪਰ ਸਪਰੇ ਕਰਨੀ ਤੀ ਉੱਦਣ ਪਰਸੋਂ ਕਰਨੀ ਤੀ ਨੁਕਸਾਨ ਬਹੁਤ ਬਾਕੀ ਰੇਹ ਪਾ ਦੂੰਗੇ ਇੱਕ ਦੋ ਦਿਨ ਤੱਕ ਹੁਣ ਤਾਂ ਉੱਪਰ ਤੇ ਵੀ ਗਿੱਲਾ ਹੋ ਗਿਆ ਗਿੱਲਾ ਹੋ ਗਿਆ ਬੈਡ ਗਿੱਲੇ ਹੋ ਗਏ ਉੱਦਾਂ ਦਾ ਕੇਰਿਆ ਤਾਂ ਉੱਦਾਂ ਕੇਰਿਆ ਹੁਣ ਤਾਂ ਮੈਂ ਕਹਿੰਦਾ ਛਿੱਟਾ ਹੀ ਦੇ ਦੇਵੇ ਛਿੱਟਾ ਹੀ ਦੇ ਦੇਣਾ ਹੁਣ ਤਾਂ ਛਿੱਟਾ ਦੇ ਦੇਵੇ ਆਪ ਤਾਂ ਲੋੜ ਵੀ ਨਹੀਂ ਸੀ ਸਪਰੇਅ ਦੀ ਹੁਣ ਨਹੀਂ ਲੋੜ ਬਾਕੀ ਜੇ ਲੋੜ ਪਈ ਫਿਰ ਕਰ ਦਾਂਗੇ ਗਾਹਾਂ ਜਾ ਕੇ ਹਫ਼ਤਾ ਤਾਂ ਲੋੜ ਨਹੀਂ ਜਮਾਂ ਹੀ ਨਾ ਹਫ਼ਤਾ ਤਾਂ ਲੋੜ ਨਹੀਂ ਉੱਦਣ ਤਾਂ ਪੰਪ ਚੱਕਣ ਲੱਗੇ ਤੇ ਸਮਝ ਦਵਾਈ ਵੀ ਲਿਆਂਦੀ ਤੁੰਡੀ ਵੀ ਜੱਗੇ ਬਹੁਤ ਤੀ ਗੋਹ ਵਾਲੀ ਉੱਦਣ ਹੈਗੀ ਤੀ ਪੱਤੇ ਲੱਗ ਗਈ ਤੀ ਖਾਣ ਬਾਕੀ ਹੁਣ ਮੱਕੀ ਨੇ ਹੋਰ ਇਹਨੂੰ ਰੇਹ ਮੰਗਣਾ ਹੀ ਲੱਗਣਾ ਸਮਝ ਮੀਂਹ ਮੀਂਹ ਤਾਂ ਰੇਹ ਮੱਕੀ ਨੂੰ ਤਾਂ ਹਨਾ ਹੋਰ ਫਸਲਾਂ ਨੂੰ ਚੱਲ ਮੰਨਿਆ ਪਹਿਲਾਂ ਤਾਂ ਖਾਲਾਂ ਦੇ ਵਿੱਚ ਪਾਣੀ ਲਾਉਂਦੇ ਤੇ ਥੋੜਾ ਸਲਾਬਾ ਚੜ੍ਹਦਾ ਤਾ ਹੁਣ ਉੱਪਰ ਤੇ ਸਾਰਾ ਹੋ ਗਿਆ ਇਹਨੂੰ
ਗੋਭ ਚ ਪਾਣੀ ਪੈ ਗਿਆ ਗੋਭ ਚ ਪਾਣੀ ਪੈ ਗਿਆ ਮੱਕੀ ਦੇਖ ਲਓ ਬਾਈ ਇਹਨੂੰ ਵਧੀਆ ਬਣੀ ਬਾਕੀ ਦੋ ਪਾਣੀ ਲਾ ਦਿੱਤੇ ਤੇ ਇਹਨੂੰ ਆਪਾਂ ਨੇ ਖੇਤ ਭਰੇ ਆਇਆ ਹੁਣ ਪੂਰਾ ਇਹਨੂੰ ਹੁਣ ਉਹ ਵੀ ਜੱਗੇ ਸਿਆਣ ਨਿਕਲੇ ਕੋਈ ਜਿਹੜੇ ਨਿਕਲੇ ਉਹ ਵੀ ਨਿਕਲੇ ਆਏ ਤੇ ਨਾ ਹੋਰ ਨਿਕਲਣਾ ਜਿਹੜਾ ਕੋਈ ਦਾਣਾ ਰਹਿੰਦਾ ਮੀਂਹ ਉੱਪਰ ਤੇ ਪੈ ਗਿਆ ਨਾ ਹਾਂਜੀ ਹਾਂ ਉੱਧਰ ਚੜ੍ਹਦਾ ਨਹੀਂ ਤਾਂ ਪਾਣੀ ਇੱਦਾਂ ਤੋਈਏ ਲਾ ਦਿੱਤੇ ਤੇ ਬਾਈ ਆਪਾਂ ਫਿਰ ਪਾਣੀ ਵੀ ਲਾ ਦਿੱਤਾ ਤਾਂ ਇੱਕ ਦਿਨ ਆਏ ਤਾਂ ਹੁਣ ਚੜ੍ਹ ਜੂ ਜੰਮੇ ਹੁਣ ਦਾਣੇ ਜੰਮੇ ਹੁਣ ਜੰਮਾ ਬਾਕੀ ਕੱਖ ਨਹੀਂ ਦੇਖ ਲਿਆ ਹੋਇਆ ਭੋਰਾ ਵਿੱਚ ਕੱਖ ਨਹੀਂ ਹੋਇਆ ਇਹ ਪਾਣੀ ਫਿਰ ਖਾਲਾਂ ਚ ਲੱਗਦਾ ਰਿਹਾ ਉਸ ਦਿਨ ਕਹਿੰਦਾ ਤੂੰ ਦੁਆਇਆਂ ਵਾਲਾ ਕਹਿੰਦਾ ਵੀ ਕੱਖ ਵਾਲੀ ਦਵਾ ਲੈਣੀ ਮਾ ਕੱਖ ਵਾਲੀ ਤਾਂ ਹਜੇ ਨਹੀਂ ਕੱਖ ਤਾਂ ਲੋਕ ਤਾਂ ਕਰਦੇ ਅੱਛਾ ਲੋੜੇ ਨਹੀਂ ਹੁਣ ਤਾਂ ਮੱਕੀ ਨੇ ਉੱਪਰ ਚੱਲ ਜਾਣਾ ਜਾਣੀ ਜੰਮੇ ਨਹੀਂ ਕੱਖ ਜੰਮਿਆ ਹੀ ਨਹੀਂ ਵਾਹੀ ਬਹੁਤ ਹੋਈ ਡੈਡੀ ਖੇਤ ਦੀ ਇਹੀ ਬਹੁਤ ਫਰਕ ਆ ਟਰੈਕਟਰ ਕਿੰਨੇ ਘੁੰਮ ਲਏ ਨੇ ਤਵੀਆਂ ਦੇ ਮੁਕਾਬਲੇ ਹੋ ਲਏ ਸਭ ਕੁਛ ਹੋ ਲਿਆ ਵਾਹੀ ਬਹੁਤ ਹੋਈ ਖੇਤ ਦੀ ਪਟਾਈ ਬਹੁਤ ਹੋ ਗਈ ਫੇਰ ਪਹਿਲਾਂ ਪਲਟਾਵੇਂ ਵਾਲਾ ਉਹਨੇ ਥੱਲੇ ਵਾੜਤਾ ਕੱਖ ਇਹ ਤਾਂ ਫਰਕ ਪੈਂਦਾ ਹੀ ਆ ਜੀ ਫਿਰ ਮੱਕੀ ਉਤੀ ਜਵਾ ਜਿਹੜਾ ਮਾੜਾ ਮੋਟਾ ਗੁੱਲੀ ਡੰਡਾ ਦਾ ਕਿਤੇ ਉਹ ਵਿੱਚ ਵੱਢ ਹੋ ਗਿਆ ਇਹ ਵੀ ਫਰਕ ਪੈਂਦਾ ਫਰਕ ਪੈਂਦਾ ਆਲੂ ਵਾਲੇ ਖੇਤ ਹੋ ਗਏ ਜਿੱਕਣਾ ਉਹਨਾਂ ਚ ਨਹੀਂ ਹੁੰਦੇ ਉਹਦੇ ਚ ਆਲੂ ਆਹ ਮੱਕੀ ਵਧੀਆ ਹੁੰਦੀ ਆ ਜੀ ਹਾਂ ਬਾਕੀ ਦੇਖਦੇ ਆ ਉਹ ਕਈ ਬੰਦੇ ਕਹਿੰਦੇ ਵੀ ਆਲੂ ਵਾਲੇ ਖੇਤ ਚ ਜ਼ਿਆਦਾ ਵਧੀਆ ਹੁੰਦੀ ਆ ਬਾਕੀ ਉਹ ਦੇਖੀ ਉੱਚ ਰੇ ਪਿਆ ਹੁੰਦਾ ਖੁੱਲਾ ਮੋਗੇ ਦੇਖੀਏ ਕਿੰਨੇ ਕਿੰਨੇ ਕਰੇ ਉਦੋਂ ਦੇ ਪਰਸੋਂ ਚ ਗੰਨੇ ਵਾਲੇ ਚੱਲ ਦੇਖ ਲਈਏ ਹੁਣ ਉਹਦੇ ਬਗੈਰ ਸਰੇ ਜਾਵੇ ਰੂਟਾਵੇਟਰ ਤੇ ਪੋਲਾ ਹੋ ਗਿਆ ਪੋਲਾ ਹੋ ਗਿਆ ਨਿਕਲ ਆਉਂਦਾ ਹੈ ਇਹ ਤੂੰ ਹੀ ਕੈਡੀ ਹੁੰਦੀ ਆ ਚੱਲ ਦੇਖ ਲੈਣੇ ਇਹਨਾਂ ਨਿਕਲ ਆਉਂਦਾ ਉਹ ਕੈਡਾ ਤਾਂ ਉਹਦਾ ਫਿਕੜੀ ਆ ਗਈ ਆ ਜਾ ਦੇਖੀਏ ਚੱਲ ਦੇਖੀਏ ਛੇਟੀਆਂ ਵਾਲੇ ਚ ਬਾਈ ਗੰਨਾ ਬੀਜਿਆ ਜਿਹੜਾ ਆਪਾਂ ਨੇ ਉਹ ਦੇਖਦੇ ਉਦੋਂ ਲੱਗੇ ਤੇ ਬੌਣ ਰੂਟਾਵੇਟਰ ਨਾ ਉਹ ਦਿਖਾਉਣੇ ਸਾਨੂੰ ਬਾਕੀ ਆਏ ਬਾਈ ਆਪਣਾ ਗੰਨੇ ਵਾਲਾ ਖੇਤ ਆਈ ਨਿਕਲੇ ਕੁਛ ਹਾਂ ਹੁਣ ਆਪਾਂ ਰੋਟਾਵੇਟਰ ਦੀ ਲੋੜ ਨਹੀਂ ਅੱਛਾ ਜੀ ਹਾਂ ਆ ਦੇਖ ਕਿੰਨੇ ਪੋਗੇ ਉਦੋਂ ਦੇ ਪਰਸੋਂ ਦੇ ਕਿੰਨੇ ਨਿਕਲੇ ਜੰਮਣ ਲੱਗ ਗਿਆ ਬਾਈ ਹੁਣ ਇਹਨੇ ਕਿੱਲੇ ਕਿੱਲੇ ਸਾਰੇ ਨਿਕਲੇ ਹੁਣ ਜਿਹੜੀ ਸਿੱਕੜੀ ਆਈ ਵੀ ਤੀ ਪੋਲਾ ਹੋ ਗਿਆ ਨਾ ਖੇਤ ਚਲ ਦੇਖ ਲੂੰਗੇ ਬਾਕੀ ਜੇ ਲੋੜ ਪਈ ਨਾ ਨਾ ਲੋੜ ਹੀ ਨਹੀਂ ਹੁਣ ਨਹੀਂ ਲੋੜ ਪੈਣੀ ਹਾਂ ਮੱਕੀਆਂ ਤੇਰੀ ਇਹ ਜੀ ਹੋਣੀ ਮੱਕੀ ਦੇ ਮੱਕੀ ਤੇ ਨਾ ਹੋਵੇ ਮੱਕੀ ਦਾ ਕੋਈ ਚੱਕਰ ਬਾਕੀ ਬਾਈ ਧੁੱਪ ਚੌਂਕੇ ਆਈ ਐਨ ਪੂਰੀ ਹੁਣ ਤਾਂ ਚਲੋ ਹੁਣ ਕਰ ਉਹ ਹੁਣੇ ਬੈਹਰੂ ਕਰ ਦੇਵੇ ਕਿਰਪਾ ਸਾਫ਼ ਹੋ ਜਾਵੇ ਹਾਂ ਨੁਕਸਾਨ ਤਾਂ ਬਹੁਤ ਹੋਇਆ ਬਾਕੀ ਸਰੋਂ ਐਨ ਖੜੀਆਂ ਐ ਜਾਣੀ ਕਿ ਗਿਰੀਆਂ ਨਹੀਂ ਹਨਾ ਪਿਆ ਨਾ ਅਜੇ ਨਰਮ ਤੀਆਂ ਥੋੜੀ ਨਰਮ ਆ ਰਹੇ ਨਰਮ ਕਰਕੇ ਨਹੀਂ ਤਾਂ ਕਣੀ ਨਾਲ ਵੀ ਸਾਰੀ ਅੱਧੀ ਝੜ ਜਾਂਦੀ ਪੱਕੇ ਆਉਂਦੀਆਂ ਫੇਰ ਗੱਜਣਾ ਤਾਂ ਨਾ ਲਓ ਜੀ ਬਾਈ ਝੱਲੀਆਂ ਵਾਲੀ ਮੋਟਰ ਪਰ ਆ ਗਏ ਆਪਾਂ ਅਤੇ ਆਹ ਸ਼ਿੰਗਾਰੇ ਬਾਈ ਦੀ ਹੈ ਝੱਲੀਆਂ 'ਤੇ ਇਹਦੀ ਕਣਕ ਬਾਈ ਦੀ ਜਮਾਂ ਹੀ ਗਿਰ ਗਈ ਪਾਣੀ ਲਾਇਆ ਹੋਣਾ ਨਾ ਡੈਡੀ ਨੇ ਇਹਨੇ ਪਾਣੀ ਲਾ ਦਿੱਤਾ ਮੇਰੇ ਸਾਹਿਬ ਉਹ ਖੜੀ ਹੈ ਜੀ ਆ ਵੀ ਗਿਰ ਗਈ ਆ ਵੀ ਗਿਰ ਗਈ ਉਹ ਪਰਲੀ ਖੜੀ ਆ ਫੇਰ ਇਹਨੂੰ ਪਾਣੀ ਲਾ ਦਿੱਤਾ ਮੇਰੇ ਸਾਹਿਬ ਨੇ ਪਾਣੀ ਲਾਉਂਦਾ ਵੀ ਆ ਸੁੱਕਾ ਰੇਤੇ ਆ ਜ਼ਮੀਨ ਇਹ ਲਾਉਣਾ ਪੈਂਦਾ ਫੇਰ ਅਤੇ ਊਂ ਸੁੱਕ ਜਾਂਦੀ ਇਹ ਹਾਂਜੀ ਹਾਂ ਤੇ ਬਾਕੀ ਸਾਡੀ ਕਣਕ ਉਰੇ ਵਾਲੀ ਵੀ ਖੜੀ ਆ ਉਰੇ ਵਾਲੀ ਤਾਂ ਤਕਰੀਬਨ ਖੜੀ ਤਾਂ ਆਪਾਂ ਨੇ ਪਾਣੀ ਲੈ ਉਰੇ ਲਾਤਾ ਦਾ ਤੀਆ ਪਾਣੀ ਤੀਆ ਫਿਰ ਤੇ ਉਰੇ ਕਿਆ ਪਤਾ ਲੱਗਾ ਉਰੇ ਪਤਾ ਲੱਗਦਾ ਉਰੇ ਤਲੀ ਆ ਬਈ ਉਹਦੀ ਹਫਤੇ ਤੇ ਵੱਧ ਹੋ ਗਿਆ ਪਾਣੀ ਇਸ ਲਈ ਇਹਨੇ ਮੌਕੇ ਬੁਲਾਇਆ ਉਹ ਗਿਰ ਗਈ ਉਹ ਗਿਰ ਗਈ ਪਤਾ ਗਿਆ ਤਾਂ ਪਹਿਲਾਂ ਝਾਂਜਾ ਆਉਣਾ ਫਲਾਣਾ ਆਉਣਾ ਤੇ ਬਾਕੀ ਰੰਗ ਬਦਲ ਗਿਆ ਕਣਕ ਦਾ ਚੱਲ ਦਿਖਾਈਏ ਡੈਡੀ ਹਨਾ ਹਾਂ ਰੰਗ ਤਾਂ ਦੇਖ ਲਾ ਪੂਰੀ ਉੱਪਰ ਹੋ ਗਿਆ ਸਰ ਰੇਤਾ ਇਹ ਬਾਈ ਬੀਜ ਵੀ ਆਪਾਂ ਨੇ ਪਹਿਲਾਂ ਦਿੱਤੀ ਸੀ ਇਹ ਪਹਿਲੀ ਨਵੰਬਰ ਪਤਾ ਨਹੀਂ 2 ਨਵੰਬਰ ਨੂੰ ਬੀਜਤੀ ਸੀ ਬਾਕੀ ਲੇਟ ਬੀਜੀ ਥੋੜ੍ਹੀ ਕਿ 10-11 ਨਵੰਬਰ ਨੂੰ ਸ਼ਿੰਗਾਰੇ ਦੇ ਬਾਅਦ ਚ ਬੀਜੀ ਆਪਾਂ ਸ਼ਿੰਗਾਰੇ ਨੇ ਵੀ ਪਹਿਲਾਂ ਬੀਜਤੀ ਸੀ ਬਾਕੀ ਬੀਜ ਦਾ ਫਰਕ ਆਉਂਦਾ ਹੈਗਾ ਡੈਡੀ ਬੀਜ ਦਾ ਵੀ ਫਰਕ ਆ ਦੇਖੋ ਬਾਈ ਰੰਗ ਕਿਹੋ ਜਿਹਾ ਪਿਲਕ ਪਰ ਆ ਗਿਆ ਇਹ 222 ਬੀਜ ਆਈ 222 ਬੀਜ ਥੱਲੇ ਆ ਉਹ 725 ਆ ਉਹਦਾ ਫਰਕ ਆਉਣਾ ਉਹਦਾ ਤਾਂ ਬਹੁਤ ਫਰਕ ਆ ਉਹ ਤਾਂ ਹਰੀ ਪਈ ਆ ਆ ਦੇਖੋ ਬਾਈ ਆਹ ਬੀਜਾਂ ਦਾ ਵੀ ਫਰਕ ਆ ਪਲਕ ਉੱਪਰ ਹੋ ਗਈ ਬਾਕੀ ਜੋ ਜਾ ਬਾਜੇ ਵੀ ਕਰਦੇ ਵੀ ਜੱਗੇ ਯਾਰ ਹਾਂ ਜੀ ਹਾਂ ਬੀਜਾਂ ਦਾ ਵੀ ਫਰਕ ਆ ਇੱਕ ਹਾਈਬ੍ਰਿਡ ਜੀ ਦੀ ਬਹੁਤ ਕਰਦੀ ਆ ਬਾਕੀ ਅੰਬ ਨੂੰ ਬੂਰ ਆ ਗਿਆ ਬਾਈ ਹਨਾ ਜੀ ਹਾਂ ਆ ਤਾਂ ਜਮਾ ਹੀ ਕਰਗੀ ਸ਼ਿੰਗਾਰੇ ਬਾਈ ਦੀ ਇੱਧਰ ਵੀ ਟਾਣੇ ਆ ਕੀ ਖਾਦੇ ਵੱਧ ਗਏ ਹਾਈ ਸਾਵਾ ਖਤਰ ਇੱਧਰ ਨੂੰ ਟਾਣੇ ਖਾਦੇ ਹੋ ਗਏ ਪਹਿਲਾਂ ਉਹਦੇ ਪਿੱਛੇ ਹੋ ਗਏ ਆ ਵੀ ਇੱਧਰ ਵੀ ਆਪਣੀ 222 ਆ ਲੰਬਾ ਹੀ ਲੰਬਾ ਖੇਤ ਉਹ ਰਸਤਾ ਆ ਜਾਂਦਾ ਹੈ ਸੜਕ ਨੂੰ ਚਲੇ ਜਾਂਦਾ ਉਹ ਰਸਤਾ ਅਤੇ ਬਾਕੀ ਕਣਕ ਠੀਕ ਆ ਬਾਈ ਇਹ ਨਹੀਂ ਗਿਰੀ ਹੈਗੀ ਬਾਕੀ ਹੁਣ ਤੱਕ ਤਾਂ ਬਚਾਓ ਆ ਜੀ ਬਾਕੀ ਪਤਾ ਨਹੀਂ ਹੈ ਨਾ ਜੀ
ਤਾਂ ਰੱਬ ਦੇ ਹੱਥ ਆ ਦਿਲ ਤਾਂ ਕਿਸੇ ਦਾ ਨਹੀਂ ਕਰਦਾ ਹਾਂਜੀ ਹਾਂ ਪਰ ਹੁਣ ਕਰੇਗਾ ਜੇ ਨਹੀਂ ਪਾਣੀ ਲਾਉਂਦੇ ਤਾਂ ਔਖਾ ਰੇਤਾ ਸੁੱਕ ਜੇ ਪੱਕ ਜਾਂਦਾ ਫਿਰ ਹਾਂ ਜਿਹਦੇ ਪਾਣੀ ਲਾ ਤਾ ਉਹ ਦੂਏ ਤਰ੍ਹਾਂ ਵਿਚਾਰੇ ਗਿਰ ਗਈ ਇਹ ਤਿੰਨ ਇਹਨੂੰ ਤਾਂ ਮੈਨੂੰ ਲੱਗਦਾ ਚਾਰੇ ਪਾਣੀ ਲੱਗ ਗਿਆ ਦੋ ਖੇਤਾਂ ਨੂੰ ਤਾਂ ਬਾਕੀ ਫੇਰ ਬੱਦਲ ਜਾ ਹੋਈ ਜਾਂਦਾ ਕੁਛ ਨੀ ਪਤਾ ਫੇਰ ਦੱਸਿਆ ਵਾ ਕਹਿੰਦੇ ਬੱਦਲ ਤਾਂ ਕਹਿੰਦੇ ਦੱਸਿਆ ਵਾ ਤੇ ਉਧਰ ਵੀ ਚੱਲਦੇ ਆ ਨਾ ਹਾਂ ਬੰਨ ਵਾਲੀ ਉਧਰ ਮੋਟਰਾਂ ਉਧਰ ਵੀ ਜਾ ਕੇ ਆਉਣੇ ਚੱਲ ਉੱਧਰ ਮਾਰੀਏ ਗੇੜਾ ਇੱਧਰ ਤਾਂ ਬਈ ਦਿਖਾ ਘੁੰਮੇ ਤੇ ਹੀ ਲੱਗਦਾ ਪਤਾ ਘੁੰਮ ਕੇ ਨੁਕਸਾਨ ਆ ਕਿਆ ਲਓ ਜੀ ਬਾਈ ਬੰਨ ਵੱਲ ਉੱਧਰ ਭੈਣੀ ਵਾਲੀ ਮੋਟਰ ਕਹਿੰਦੇ ਅਸੀਂ ਉੱਥੇ ਪਹੁੰਚ ਗਏ ਠੇਕੇ ਪਰ ਜਿਹੜੀ ਹਾਂ ਹਾਂ ਇਹ ਠੇਕੇ ਪਰ ਬਾਈ ਆਪਣੀ ਘਰ ਦੀ ਉਹ ਸਾਹਮਣੇ ਦਿਖਦੀ ਉਹ ਸਾਹਮਣੇ ਆ ਬਾਈ ਉਹ ਵਿੱਚੋਂ ਦਿਖਦੀ ਉਹ ਵੀ ਦਿਖਾਉਂਦੇ ਉੱਥੇ ਜਾ ਕੇ ਉਹ ਪੀਲੀ ਜੀ ਮੋਟਰ ਆ ਜਿਹੜੀ ਇਹ ਠੇਕੇ ਪਰ ਆਪਣੇ ਟੀਟੀਆਂ ਦਾ ਸਭ ਦੀਆਂ ਫੁੱਕੇ ਦੇਖ ਲੈ ਕੇ ਹਾਂਜੀ ਹਾਂਜੀ ਨੌਰਥ ਵਿੱਚ ਫੁੱਟਦੀ ਹੈ ਸਾਰੀਆਂ ਫੁੱਟ ਸਭ ਤੋਂ ਪਹਿਲਾਂ ਫੁੱਟਦਾ ਤੂੰ ਤਾਂ ਤੂੰ ਤਾਂ ਬਾਹਰ ਚੱਲਦੇ ਹੋਰ ਤਾਂ ਅੰਬਾ ਪਰ ਬਹੁਤ ਬੂਰ ਹੈ ਇੱਕ ਤੇ ਅੰਬਾ ਪਰ ਵਧੀਆ ਹਨਾ ਕਣਕ ਬਾਈ ਇਹ ਵੀ ਵਧੀਆ ਹੈ ਸਾਰੀ ਹਾਂ ਕਣਕ ਠੀਕ ਖੜੀ ਹੈ ਇਹ ਵੀ ਪਾਣੀ ਨਹੀਂ ਨਾ ਲਾਇਆ ਕਿਸੇ ਪਾਣੀ ਨਹੀਂ ਲਾਇਆ ਇਹਨਾਂ ਉਹਦੇ ਤਾਂ ਕਿਸੇ ਨੇ ਵੀ ਨਹੀਂ ਲਾਇਆ ਇੱਧਰ ਕਿਨੇ ਇੱਧਰ ਨਹੀਂ ਗਰੀਆਂ ਹੋਈਆਂ ਨਾ ਇਹ ਲਾਇਆ ਨਹੀਂ ਪਾਣੀ ਪਾਣੀਆਂ ਨਹੀਂ ਲਾਇਆ ਸਾਰਾ ਸਾਰੇ ਇੱਕ ਨੇ ਖੜੀ ਪਾਣੀ ਦੀ ਕਿਰਪਾ ਜੀ ਨੇ ਲਾਤਾ ਉਹਦੇ ਭਾਈ ਉਹਦੀ ਵਿਛਾਉਣੇ ਵਿਛਾਤੇ ਨੁਕਸਾਨ ਬਹੁਤ ਬਾਕੀ ਤੁਸੀਂ ਦੱਸਿਓ ਆ ਨਾ ਜੀ ਆਪਣੇ ਆਪਣੇ ਇਲਾਕਿਆਂ ਦਾ ਭਾਈ ਕਿਆ ਸਮਾਚਾਰ ਆ ਕਿਹੜਾ ਇਲਾਕਾ ਏ ਕਿੰਨੇ ਕੁ ਬਾਹਰ ਚ ਆ ਇਹ ਤਾਂ ਗੜੇ ਵੀ ਦੱਸਦੇ ਬਾਈ ਸਾਡੇ ਤਾਂ ਗੜੇ ਪਏ ਵੀ ਬਚਾਓ ਆ ਕੋਈ ਦੱਸਿਓ ਬਾਈ ਜਿਵੇਂ ਆ ਨਾ ਹੁਣ ਕਿਸੇ ਨੂੰ ਪੁੱਛੂਗੇ ਤਾਂ ਅਸੀਂ ਦੱਸੂ ਅਗਲਾ ਹਾਂਜੀ ਹਾਂਜੀ ਹੁਣ ਆਪਣੇ ਏਰੀਏ ਤਾਂ ਆਪਾਂ ਦਿਖਾਤੀ ਕਿਆ ਚੀਜ਼ ਹੈ ਬਾਕੀ ਅਜੇ ਦੋ ਦਿਨ ਦੱਸਦੇ ਹਾਂ ਨਿੱਖਰ ਵੀ ਸਕਦਾ ਪੈ ਵੀ ਸਕਦਾ ਤੇ ਵਾਹਿਗੁਰੂ ਦੇ ਹੱਥਾਂ ਨੂੰ ਬਾਕੀ ਕਣਕਾਂ ਸਹੀ ਆ ਬਾਈ ਉਰੇ ਇੱਧਰ ਨੂੰ ਆਪਣੀ ਕਣਕ ਉਹ ਦਰਖਤਾਂ ਤੱਕ ਬਾਈ ਕਿੱਕਰ ਖੜੀ ਕਿੱਕਰ ਹਾਂ ਕਿੱਕਰ ਦਾ ਇੱਕ ਪਾਸਾ ਛਾਗਦਾ ਉਹ ਕਿੱਕਰ ਇੱਧਰ ਉਹ ਕੁੰਜਾ ਉਹ ਜਮੂਆ ਜਿਹਾ ਖੜਾ ਉੱਥੇ ਰਸਤਾ ਆ ਜਾਂਦਾ ਹੈ ਕਿਆ ਕਹਿੰਦੇ ਇੱਕ ਸਾਈਡ ਛਾਂਗਦੀ ਹਾਂ ਕਿਹੜਾ ਛਾਂਗਦੀ ਜੀ ਉਹ ਦੂਏ ਗੁਆਂਢੀ ਨੇ ਖੇਚ ਜਾਂਦਾ ਟਾਣਾ ਉਹ ਕੰਬਾਈਨ ਨਹੀਂ ਜੀ ਲੱਗਦੀ ਕੰਬਾਈਨ ਕੰਬਾਈਨ ਰਸਤੇ ਦੇ ਉੱਪਰ ਤਾਂ ਟਾਣਾ ਤਾਂ ਵੱਢਿਆ ਤਾਂ ਚਲ ਚੱਲੀਏ ਫਿਰ ਉਹ ਆਪਣੀ ਉੱਧਰ ਵਾਲੀ ਮੋਟਰ ਪਰ ਬਾਈ ਉਹ ਵੀ ਦੇਖ ਲਓ ਬਾਕੀ ਇੱਧਰ ਗੇੜਾ ਮਾਰ ਲਿਆ ਬਾਈ ਆਪਾਂ ਨੇ ਆ ਮੋਟਰ ਆ ਤੂੰ ਤਾਂ ਫੁੱਟਿਆ ਆ ਪੂਰਾ ਹੈ ਨਾ ਕਹਿੰਦਾ ਜੀ ਛਾਵਾਂ ਵਧੀਆ ਹੋਊਗੀ ਛਾਵਾਂ ਵਧੀਆ ਹੋਊਗੀ ਪਹਿਲਾਂ ਛਗਾਈ ਨਹੀਂ ਤਾਂ ਪਹਿਲਾਂ ਮੋਟੇ ਟਾਣੇ ਤੇ ਜ਼ਿਆਦਾ ਹੁਣ ਛਾਂਗਦਾ ਹੁਣ ਤਾਂ ਛਿੱਟੀਆਂ ਬਣ ਗਈਆਂ ਬਰੀਕ ਨਾਲੇ ਸਾਲ ਬਾਅਦ ਬੜਾਈ ਆ ਟੋਕਰੀਆਂ ਬਣ ਗਈਆਂ ਠੀਕ ਹੈ ਜਾਂ ਤੋਂ ਬਾਲਣ ਦੇ ਕੰਮ ਆਇਆ ਬਾਲੇ ਵਾਲੀ ਬਾਈ ਮੋਟਰ ਦੇਖ ਲਾ ਕਿੰਨਾ ਆਪਣੀ ਧਰਤੀ ਚ ਪਾਣੀ ਸੋਰਾ ਸੋਰਾ ਬਾਈ ਦੇਖ ਲਾ ਜਾਲ ਦੇਖ ਲਾ ਬਹੁਤ ਸੋਰਾ ਇਹ ਸਾਰਾ ਪਾਣੀ ਦਾ ਹੀ ਹੈ ਪਾਣੀ ਖਰਾਬ ਕਰਕੇ ਹਾਂਜੀ ਹਾਂਜੀ ਜੇ ਹੁਣ ਆਪਣੇ ਟੈਂਕੀਆਂ ਡੂੰਘਾ ਪਾਣੀ ਨਾ ਹੋਵੇ ਉਹ ਤਾਂ ਪੀ ਨਹੀਂ ਹੁੰਦਾ ਇਹ ਤਾਂ ਸਰਕਾਰੀ ਰੋਟੀ ਵਾਲਾ ਹੀ ਪੀਂਦੇ ਉਹੀ ਪੀਂਦੇ ਉਹੀ ਡੰਗਰਾਂ ਨੂੰ ਪਿਲਾਉਂਦੇ ਡੰਗਰ ਵੀ ਨਹੀਂ ਪੀਂਦੇ ਡੰਗਰ ਵੀ ਮੁਲਕ ਮੰਨਦੇ ਬਾਕੀ ਬਾਲੇ ਵਾਲੀ ਮੋਟਰ ਆ ਮੈਂ ਕਿਹਾ ਇਹ ਬਾਲੇ ਵਾਲੀ ਬਹੁਤ ਪੁਰਾਣੀ ਮੋਟਰ ਆਈ ਹੈ ਆਪਣੇ ਵਾਲੀ ਪਰ ਵੀ ਲਾਤੇ ਜਿਹੜੀ ਲੇਟ ਕਨੈਕਸ਼ਨ ਮਿਲਿਆ ਉਹਨਾਂ ਲੱਗੇ ਆ ਪਹਿਲੀ ਇਹਨੂੰ ਨਹੀਂ ਹੈਗੀ ਇਹਨੇ ਟ੍ਰਾਂਸਫਾਰਮ ਵੀ 7 ਮੋਟਰ ਆ ਇਹਦੇ ਪਰ ਹਾਂ ਇਹਦੇ ਲੰਬਾਈ ਬਾਈ ਬਹੁਤ ਦੂਰ ਪੈ ਜਾਂਦੀ ਹੈ ਬਹੁਤ ਤੰਗ ਕਰਦੀ ਹੈ ਉਹੀ ਨਹੀਂ ਵੋਲਟੇਜ ਨਹੀਂ ਆਉਂਦੀ ਇਹਦੇ ਵੋਲਟੇਜ ਤੇ ਘੱਟ ਬਹੁਤ ਆਉਂਦੀ ਤੰਗ ਹੋਏ ਬਹੁਤ ਹਾਲ ਬਾਕੀ ਮੀਂਹ ਮੂੰਹ ਅਸੀਂ ਫਿਰ ਜੀ ਲੇਟੇ ਲਾਉਣ ਲੱਗ ਗਏ ਬਸਤਾ ਤੋਂ ਮੋਟਰ ਦਾ ਪਾਣੀ ਲਿਆਉਂਦੇ ਤੇ ਹਾਂ ਆਪਣੀ ਉਹ ਲਾ ਕੇ ਆ 2 ਕਿਲਿਆਂ ਦਾ ਘਰ ਕਾ ਪਛਾ ਕੇ ਉਧਾ ਲਿਆਉਂਦੇ ਤੇ 2 ਕਿਲਿਆਂ ਦਾ ਉਹਦੇ ਭਰੀ ਜਾਂਦੇ ਫਿਰ ਉੱਧਰ ਤੇ ਭਰਦੇ ਜੇ ਨਹੀਂ ਸਾਰਦੀ ਹੈਗੀ ਹਾਂਜੀ ਹਾਂਜੀ ਤੇ ਕੰਨਾਂ ਨੂੰ ਹੱਥ ਲਾਉਂਦੀ ਵੋਲਟੇਜ ਨਹੀਂ ਆਉਂਦੀ ਇਹ ਸੜ ਗਈ ਇਹ ਤਕਰੀਬਨ ਸਾਡੇ ਪਿੰਡ ਦੇ ਉਹ ਜਿਹੜਾ ਅੱਡਾ ਹੈ ਉੱਥੇ ਦੇ ਲਾਈਟ ਆਉਂਦੀ ਹੈ ਉੱਥੇ ਟ੍ਰਾਂਸਫਾਰਮ ਆ ਇਹ ਆਖਰੀ ਹੈ ਆਪਣੇ ਵਾਲੀ ਉਰੇ ਆਖਰੀ ਆ ਉਰੇ ਲਾਈਨ ਖਤਮ ਹੋ ਜਾਂਦੀ ਪਿੱਛੇ ਹੀ ਖਪਤ ਹੋਈ ਜਾਂਦੀ ਬਿਜਲੀ ਦੀ ਉਰੇ ਨਹੀਂ ਤਾਂ ਹੀ ਤਾਂ ਮੋਟਰ ਸੜੀ ਆ ਤਾਂ ਹੀ ਸੜ ਗਈ ਸੀ ਵੋਲਟੇਜ ਨਹੀਂ ਆਉਂਦੀ ਪਿਛਲੇ ਸਾਲ ਸੜ ਗਈ ਸੀ ਹਾਂ ਪਹਿਲਾਂ ਟ੍ਰਾਂਸਫਾਰਮ ਸੜ ਗਿਆ ਜਾਂ ਪਾਣੀ ਲਾਉਣ ਲੱਗੇ ਪਿਛਲੇ ਸਾਲ ਕਣਕ ਨੂੰ ਫਿਰ ਇਹ ਸੜ ਗਈ ਇਹਦਾ ਪੱਖਾ ਜਾਮ ਹੋ ਗਿਆ ਹਾਂ
ਫੇਰ ਹੋ ਗਿਆ ਪੱਖਾ ਜਾਮ ਹੋ ਗਿਆ ਚਲੋ ਬਾਈ ਦੂਈ ਮੋਟਰ ਵੀ ਦਿਖਾਉਂਦੇ ਹਾਂ ਹੁਣ ਕਣਕ ਉੱਥੇ ਵਾਲੀ ਵੀ ਲੋ ਜੀ ਆ ਲੰਬੜਦਾਰ ਵਿਹਲੇ ਹੋਈ ਬੈਠੇ ਬੰਦੇ ਹੈ ਵਿਹਲੇ ਇੱਕ ਤਾਂ ਮੀਨੇ ਕਰਤੇ ਇਹ ਇੱਕ ਕਹਿੰਦੇ ਵੀ ਸਰਦਾਰ ਸਾਹਿਬ ਗੰਨਾ ਕਢਾਉਣ ਨੂੰ ਪਹਿਲਾਂ ਕਹਿ ਦਿੰਦੇ ਹੁਣ ਕਈ ਘਰਾਂ ਦਾ ਮਾੜਾ ਮੋਟਾ ਸਾਹਿਬ ਰਹਿੰਦਾ ਕਹਿੰਦੇ ਅਸੀਂ ਆਪਣੇ ਘਰ ਨੂੰ ਜਾਣੇ ਦੇ ਬੈਠੇ ਹਾਂ ਬਿਹਾਰ ਨੂੰ ਬਾਕੀ ਇਹਨਾਂ ਨੂੰ ਗੰਨਾ ਕਿਹਾ ਤਾਂ ਅਸੀਂ ਵੀ ਗੰਨਾ ਛਿੱਲਣੇ ਇਹਨੂੰ ਇਹ ਕਹਿੰਦੇ ਦੂਰ ਬਹੁਤ ਆ ਸਰਹੰਦ ਕੋਲ ਇੱਥੇ ਮੰਨੇ ਨੀ ਇਹ ਕਿੰਨੇ ਬੰਦੇ ਆ ਬੰਦਾ ਤਾਂ ਸਾਰੇ ਚਲੇ ਜਾਂਦੇ ਨਵੇੜੇ ਆਉਣਾ ਤਾਂ ਇਹਨਾਂ ਦੇ ਕੰਮ ਆਉਣਾ ਕੋਟ ਪਾ ਲੇ ਅੱਜ ਹੈ ਦੁਬਾਰਾ ਫੇਰ ਠੰਡ ਤਾਂ ਜਿਹਨੂੰ ਪਾਣੀ ਲਾ ਤਾ ਨਾ ਕਣਕ ਉਹ ਗਿਰ ਗਿਆ ਬਾਕੀ ਖੜਾ ਹੈ ਮੇਰਾ ਇਧਰ ਬਿਹਾਰ ਮੈਂ ਨਾ ਐਨ ਸ਼ਿਮਲਾ ਬਣਾ ਦਿਆ ਥਾ ਬਰਫ ਸੇ ਇੰਨਾ ਪਿਆ ਥੋੜਾ ਬਿਹਾਰ ਸੀਤਾਮੜੀ ਬਹੁਤ ਗੁਣਾ ਗਿਰਾ ਥਾ ਕਿਆ ਝਾੜਤਾ ਚੀਤਾ ਚੀਤਾ ਲਗਾ ਸ਼ਿਮਲਾ ਹੈ ਚੀਤਾ ਚੀਤਾ ਦਿਖ ਰਹਾ ਥਾ ਨਿਸ਼ਾਨੀ ਇਹੀ ਆ ਬੀ ਗੋਲੇ ਗਾਲੇ ਪੈਂਦੇ ਪੱਲੇ ਪਊਗਾ ਅਗਲੇ ਤੋਂ ਜਮੀ ਤੂੜੀ ਵੀ ਨੀ ਬਣਨੀ ਹੋਰ ਤੱਕ ਜਿਹੜਾ ਦਾਣਾ ਪੈਂਦਾ ਉਹ ਵੀ ਬਰੀਕ ਪੈ ਜਾਂਦਾ ਮੰਡੀਆਂ ਚੂ ਨੀ ਲੈਂਦੇ ਪਿਛਲੇ ਸਾਲ ਕਿਆ ਹੋਇਆ ਤਾਂ ਬਰੀਕੇ ਪਿਆ ਤਾ ਬਰੀਕ ਉਹ ਜਦ ਲਾਉਣੇ ਛਾਲਣਾ ਉਹਦੇ ਦੀ ਨਿਕਲੀ ਜਾਣੀ ਪੱਖੇ ਦਾ ਉਹੀ ਹਾਂ ਉੱਚ ਨਿਕਲੀ ਗਈ ਬੋਲੀ ਲਾਉਣੇ ਵਾਲੀ ਕਹੀ ਬਰੀਕ ਆ ਹੁਣ ਜਿਮੀਦਾਰ ਨੇ ਕਿਤੇ ਚਾਉ ਆਉਂਦਾ ਕਿਆ ਕਰੇ ਜਿਮੀਦਾਰ ਪਹਿਲਾਂ ਇੰਨਾ ਮੋਟਾ ਦਾਣਾ ਤਾ ਬਾਕੀ ਹਰੇਕ ਸਾਲ ਇਹ ਕਣਕਾਂ ਦਾ ਕੁਛ ਹੁੰਦਾ ਨਾ ਇੰਡ ਚ ਚੱਕ ਦੇਖ ਲਾ ਤੂੰ
ਪਿਛਲੇ ਵਾਰੀ ਪਹਿਲਾਂ ਜੀ ਕਣਕ ਨੇ ਘਾਟਾ ਪਿਛਲੇ ਸਾਲ ਬਹੁਤ ਬਰੀਕ ਰਹਿ ਗਿਆ ਤਾਂ ਕਣਕਾਂ ਸਾਰੀਆਂ ਵਧੀਆ ਦੇ ਰਹੀਆਂ ਸਾਰੇ ਇਲਾਕੇ ਐਤਕੀ ਵਧੀਆ ਤੀਆਂ ਫਿਰ ਪਿਛਲੇ ਸਾਲ ਜੀਰੀ ਨੇ ਵੀ ਬਹੁਤ ਘਾਟਾ ਪਿਆ ਦੋ ਫਸਲਾਂ ਬਾਕੀ ਪਿਛਲੇ ਸਾਲ ਪਿਛਲੀ ਵਾਰੀ ਬਈ ਘਾਟੇ 'ਚ ਆ ਹਨਾ ਜੀ ਠੀਕ ਆ ਐਤਕੀ ਵਧੀਆ ਦੀਆਂ ਕਣਕਾਂ ਐਤਕੀ ਹੁਣ ਨੁਕਸਾਨ ਹੋ ਗਿਆ ਜਾਣੀ ਕਿ ਠੀਕ ਹੈ ਚੱਲ ਫਿਰ ਲੈ ਜੀ ਉਹ ਕੌਣ ਆਉਂਦਾ ਜੇ ਕਿ ਪੂਰਾ ਦਾ ਮੁੰਡਾ ਹੈ ਫੁੱਫੜ ਦਾ ਇਹ ਫੁੱਫੜ ਦਾ ਮੁੰਡਾ ਗੱਗੜ ਵਾਲੀ ਇਹ ਆਪਣੇ ਘਰ ਤਾਂ ਜੱਗਾ ਵੀ ਬਿਮਾਰ ਹੋ ਗਿਆ ਤਾਹੀ ਬਿਮਾਰ ਹੋਇਆ ਮੈਂ ਆਰਾਮ ਨਾਲ ਨਹਿਰ ਨਹਿਰ ਨੂੰ ਪਾ ਲਿਆ ਨਹਿਰ ਨੂੰ ਇੰਨਾ ਜ਼ਿਆਦਾ ਮੀਂਹ ਤਾਂ ਹੱਦ ਤੋਂ ਵੀ ਜ਼ਿਆਦਾ ਆਨੰਦਪੁਰ ਸਾਹਿਬ ਹੀ ਉੱਥੇ ਜਾਂ ਨੈਣਾ ਦੇਵੀ ਤੇ ਨੀ ਨਹਿਰਾਂ ਆਉਣੀਆਂ ਉੱਧਰ ਤੇ ਉਹਦੇ ਲਾਗ ਤੇ ਅਸੀਂ ਗਾਹਾਂ ਕੇ ਆਨੰਦਪੁਰ ਸਾਹਿਬ ਨਿਕਲ ਗਏ ਨੈਣਾ ਦੇਵੀ ਵਾਲੀ ਨਹਿਰ ਜੀ ਹਾਂ ਫੇਰ ਜਿਹੜੀ ਆ ਉਹ ਕੀਰਤਪੁਰ ਸਾਹਿਬ ਨੂੰ ਮੈਂ ਤਾਂ ਦੇਖਿਆ ਮੈਂ ਜਿਹੜੀ ਆ ਘਨੌਲੀ ਤੇ ਜਾਂਦੀ ਨਹੀਂ ਨਹੀਂ ਇਹ ਵੀ ਠੀਕ ਆ ਰਸਤਾ ਇਹ ਵੀ ਠੀਕ ਹੈ ਤਾਂ ਪੱਕਾ ਏ ਸ਼ਾਰਟਕਟ ਪੱਕਾ ਗੱਡੀ ਵਾਲੀ ਦੇ ਕਣਕ ਠੀਕ ਨੈਣਾ ਦੇਵੀ ਨੂੰ ਮਾਤਾ ਦੇ ਨੂੰ ਇੱਥੇ ਹੀ ਜਾਂਦੇ ਹੁੰਦੇ ਚੱਲ ਇਹਨੂੰ ਹਨਾ ਜੀ ਨੇੜੇ ਨੇੜੇ ਆ ਨਹਿਰ ਟ੍ਰੈਫਿਕ ਨਹੀਂ ਉਧਰ ਤੁਹਾਡੀ ਵਾਲੀ ਕਣਕ ਤਾਂ ਵਧੀਆ ਹੋਰ ਤੇਰੀ ਕਣਕ ਠੀਕ ਆ ਬਾਈ ਸਾਡੇ ਵਾਲੀ ਗਿਰ ਗਈ ਯਾਰ ਉਧਰ ਮਰਾਲੇ ਗਿਰ ਗਈ ਹਾਂ ਇੱਧਰ ਪਿੰਡ ਵਾਲੀ ਤਾਂ ਹਲੇ ਠੀਕ ਆ ਅੱਛਾ ਸਾਡੇ ਕਿ ਨਹੀਂ ਤਾਂ 7 ਕਿੱਲੇ ਉਧਰ ਇੱਕ ਬੰਦੇ ਦੇ ਐਨ ਵਿਛੇ ਗਏ ਐਨ ਪਲੇਨ ਹੋ ਪਾਣੀ ਲਾਇਆ ਹੁਣ ਪਾਣੀ ਜ਼ਿਆਦਾ ਲਾਇਆ ਤਾਂ ਪਾਣੀ ਵਾਲਾ ਹੀ ਚੱਕਰ ਪਾਣੀ ਦਾ ਹਾਂ ਪਾਣੀ ਵਾਲੇ ਦਾ ਗਿਰ ਜੀ ਪਾਣੀ ਵਾਲੀ ਗਿਰ ਉਰੇ ਵੀ ਜਿਹਨੇ ਪਾਣੀ ਲਾਇਆ ਅਸੀਂ ਹਾਂ ਲਾਇਆ ਕਿੱਲੇ ਕਿਲੇ ਅਸੀਂ ਗਿਰ ਗਿਆ ਤੁਹਾਡੇ ਵਾਲੀ ਚ ਵੀ ਐਤਕੀ ਬਹੁਤ ਹੀ ਐਨ ਗੁੱਲੀ ਡੰਡਾ ਗੁੱਲੀ ਡੰਡਾ ਬਚਾਓ ਆ ਜਾਣੀ ਬਚਾਓ ਆ ਘੱਟ ਆ ਕਣਕਾਂ ਵਧੀਆ ਦੀਆਂ ਸਾਰੀਆਂ ਵਧੀਆ ਐਤਕੀ ਸਾਰੀਆਂ ਬਾਕੀ ਮੀਂਹ ਨੇ ਅੱਜ ਕੰਮ ਖਰਾਬ ਕਰਤਾ ਰਾਤ ਮੀਂਹ ਬਹੁਤ ਪਿਆ ਕਈ ਕਈ ਪਾਸੇ ਐਨ ਵੀ ਪਏ ਆ ਗੋਲੇ ਵੀ ਪਏ ਆ ਉੱਚੇ ਪਿੰਡ ਕੋਲ ਪਿੰਡ ਆ ਬਾਈ ਇਹਦਾ ਉੱਚੇ ਪਿੰਡ ਸੰਘੋਲ ਹਨਾ ਸੰਘੋਲ ਫਤਿਹਗੜ੍ਹ ਜ਼ਿਲ੍ਹੇ ਗੱਗੜਾਲ ਪਿੰਡ ਚੱਲੀਏ ਜੀ ਫਿਰ ਕਰਨ ਕੰਡਾ ਪਾਉਂਗਾ।